ਗਰੀਬੀ ਅਤੇ ਰੋਜ਼ੀ ਰੋਟੀ ਦੀ ਤਲਾਸ਼ 'ਚ ਕਈ ਨੌਜਵਾਨ ਵਿਦੇਸ਼ਾਂ ਵੱਲ ਆਪਣਾ ਰੁੱਖ ਕਰਦੇ ਨੇ ਅਤੇ ਕਈ ਨੌਜਵਾਨ ਨੌਕਰੀ ਅਤੇ ਕੰਮਕਾਜ ਦੇ ਲਈ ਆਪਣੇ ਦੇਸ਼ ਅਤੇ ਪ੍ਰਦੇਸ਼ 'ਚ ਰਹਿ ਕੇ ਗੈਰ ਸਰਕਾਰੀ ਕੰਪਨੀਆਂ 'ਚ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਨੇ। ਪਰ ਗੈਰ ਸਰਕਾਰੀ ਕੰਪਨੀਆਂ 'ਚ ਹਰ ਰੋਜ਼ ਦੀ ਤਰ੍ਹਾਂ ਆਪਣੇ ਘਰੋਂ ਜਾਣ ਵਾਲੇ ਕਈ ਨੌਜਵਾਨ ਵਾਪਸ ਨਹੀਂ ਆਉਂਦੇ। ਇੱਧਰ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ 'ਚ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਪੁਲਿਸ ਵਾਲਿਆਂ ਨੇ ਅਜੇ ਕੋਈ ਨਹੀਂ ਸਾਡੀ ਸੁਣੀ। ਪੁਲਿਸ ਵੱਲੋਂ ਹੀ ਅਸੀਂ ਰਿਪੋਰਟ ਦਿੱਤੀ ਸੀ, ਹਲੇ ਤੱਕ ਤਾਂ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਉਹਦਾ ਜਿਹੜਾ ਮੈਨੇਜਰ, ਉਹਦਾ ਪ੍ਰਿੰਸ ਹੈ ਜੀ, ਮਾਲਕ ਵੀ ਆ ਤੇ ਮੈਨੇਜਰ ਵੀ ਖੁਦ ਹੀ ਆ, ਤੇ ਜੇ ਮੰਨ ਲਓ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਤੇ ਜ਼ਿੰਮੇਵਾਰ ਉਹੀ ਹੈ ਜੀ। ਜਿਸ ਸੰਬੰਧੀ ਡੀਟੀ ਨੰਬਰ 21 ਥਾਣਾ ਦਰਜ ਉਨਸਾ ਕਰ ਦਿੱਤੀ ਗਈ ਹੈਗੀ ਆ, ਅਤੇ ਜਿਸ ਜਗ੍ਹਾ 'ਤੇ ਅਮਨਦੀਪ ਸਿੰਘ ਕੰਮ ਕਰਦਾ ਸੀਗਾ ਉਹਨਾਂ ਨੂੰ ਬੁਲਾ ਕੇ ਪੁੱਛ ਪੜਤਾਲ ਜਾਰੀ ਹੈਗੀ ਆ। ਜੋ ਜੀ ਤਫਤੀਸ਼ ਦੌਰਾਨ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਅਗਲੀ ਕਾਰਵਾਈ ਚਲਾਈ ਜਾਵੇਗੀ। ਕਪੂਰਥਲਾ ਤੋਂ ਸਾਜਨ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।